कंप्यूटर फंडामेंटल दा पार्ट नंबर 24 आज इस वीडियो दे विच आपां जानांगे IDM दे बारे IDM इक इंटरनेट डाउनलोड मैनेजर हुंदा आ इहदे विच आपां फाइल्स जां फोल्डर जां मूवीज जां सॉफ्टवेयर मतलब कुछ भी आपां डाउनलोड जिहड़ा आ उह कर सकदे आ हुण सवाल इह आ कि डाउनलोड तां आपां वैसे भी कंप्यूटर दे विच कर सकदे आ इस दी जरूरत क्यों आ देखो जदों भी आपां कोई जदों कुछ डाउनलोड करदे आ कंप्यूटर दे विच इस तों बिना डाउनलोड करदे आ IDM तों बिना डाउनलोड करदे आ देन उह की हुंदा आ जां तां उह बहुत ज्यादा टाइम लैंदी आ हैना इक तां उह ਜ਼ਿਆਦਾ ਟਾਈਮ ਲੈਂਦੀ ਆ ਫਾਈਲ ਡਾਊਨਲੋਡ ਹੋਣ ਦੇ ਲਈ ਅਤੇ ਦੂਸਰੀ ਗੱਲ ਅਗਰ ਤੁਹਾਡਾ ਲਾਈਟ ਚਲੇ ਜਾਂਦੀ ਤੁਸੀਂ ਡਾਊਨਲੋਡ ਲਗਾਈ ਹੋਈ ਸੀ ਤੁਹਾਡਾ PC ਬੰਦ ਹੋ ਗਿਆ ਕਿਸੇ ਕਾਰਨ ਕਰਕੇ ਜਾਂ ਫਿਰ ਤੁਹਾਡੇ ਮੋਬਾਈਲ ਦੀ MB ਮੁੱਕ ਗਈ ਜਾਂ ਫਿਰ ਤੁਹਾਡਾ ਜਿਹੜਾ ਵਾਈਫਾਈ ਦਾ ਕਨੈਕਸ਼ਨ ਸੀ ਉਹ ਲੋਸਟ ਹੋ ਗਿਆ ਦੈਨ ਕੀ ਆ ਉਹ ਫਾਈਲ ਦੁਬਾਰਾ ਤੋਂ ਤੁਹਾਨੂੰ ਡਾਊਨਲੋਡ ਲਗਾਉਣੀ ਪੈਂਦੀ ਆ ਮਤਲਬ ਕਿ ਉਹ ਜਿੱਥੋਂ ਖਤਮ ਹੋਈ ਸੀ ਉੱਥੋਂ ਸ਼ੁਰੂ ਨਹੀਂ ਹੁੰਦੀ ਹੈਗੀ ਬਲਕਿ ਉਹ ਜਿਹੜੀ ਤੁਹਾਨੂੰ ਦੁਬਾਰਾ ਤੋਂ ਡਾਊਨਲੋਡ ਦੁਬਾਰਾ ਤੋਂ ਲਗਾਉਣੀ ਪੈਂਦੀ ਆ ਜਿਸ ਕਰਕੇ ਕੀ ਆ ਆਪਣਾ ਜਿਹੜਾ ਟਾਈਮ ਵੀ ਵੇਸਟ ਹੁੰਦਾ ਹੈ ਅਤੇ ਨਾਲ ਹੀ ਨਾਲ ਆਪਣੇ ਜਿਹੜਾ ਆ ਮੋਬਾਈਲ ਦੀ MB ਲਿਮਿਟਡ ਹੁੰਦੀ ਆ ਉਹ ਵੀ ਆਪਣੀ ਬਹੁਤ ਜ਼ਿਆਦਾ ਯੂਜ਼ ਹੋ ਜਾਂਦੀ ਆ ਸੋ ਇਸੇ ਚੱਕਰ ਦੇ ਕਰਕੇ ਆਪਣਾ ਜਿਹੜਾ ਟਾਈਮ ਵੀ ਬਹੁਤ ਵੇਸਟ ਹੋ ਜਾਂਦਾ ਆ ਸੋ IDM ਅਗਰ ਆਪਾਂ ਕੰਪਿਊਟਰ ਦੇ ਵਿੱਚ ਇੰਸਟਾਲ ਕਰਕੇ ਰੱਖਦੇ ਹਾਂ ਤਾਂ ਇਹਦੇ ਵਿੱਚ ਜਦੋਂ ਆਪਣੀ ਫਾਈਲ ਜਦੋਂ ਡਾਊਨਲੋਡ ਹੁੰਦੀ ਆ ਇੱਕ ਤਾਂ ਉਹ ਬਹੁਤ ਜ਼ਿਆਦਾ ਫਾਸਟ ਹੁੰਦੀ ਆ ਡਾਊਨਲੋਡ ਠੀਕ ਹੈ ਡਾਊਨਲੋਡ ਫਾਸਟਿੰਗ ਹੁੰਦੀ ਆ ਉਹਦੀ ਅਤੇ ਦੂਸਰਾ ਇਹਦੇ ਵਿੱਚ ਕੀ ਆ ਅਗਰ ਤੁਹਾਡੇ ਕੋਲ ਕਿਤੇ ਵੀ ਲੋਸਟ ਹੋ ਗਈ ਫਾਈਲ ਜਾਂ ਕੁਝ ਵੀ ਹੋ ਗਿਆ ਦੈਨ ਉਹਨੂੰ ਤੁਸੀਂ ਦੁਬਾਰਾ ਤੋਂ ਡਾਊਨਲੋਡ ਲਗਾ ਸਕਦੇ ਆ ਜਿੱਥੇ ਉਹ ਖਤਮ ਬੰਦ ਹੋਇਆ ਸੀਗਾ ਮਤਲਬ ਉੱਥੋਂ ਤੁਸੀਂ ਉਹਨੂੰ ਦੁਬਾਰਾ ਮਤਲਬ ਕਿ ਅੱਧੀ ਫਾਈਲ ਤੁਹਾਡੀ ਡਾਊਨਲੋਡ ਹੋ ਚੁੱਕੀ ਸੀ ਲਾਈਟ ਚਲੇ ਗਈ ਜਾਂ ਤੁਹਾਡਾ ਕਨੈਕਸ਼ਨ ਲੋਸਟ ਹੋ ਗਿਆ ਕੁਝ ਹੋ ਗਿਆ ਜਿਸਦੇ ਕਰਕੇ ਤੁਸੀਂ ਉਹਨੂੰ ਬੰਦ ਕਰਨਾ ਪਿਆ ਅਤੇ ਉਸਨੂੰ ਤੁਸੀਂ ਦੁਬਾਰਾ ਤੋਂ ਡਾਊਨਲੋਡ ਲਗਾ ਸਕਦੇ ਇਸ ਤਰ੍ਹਾਂ ਨਹੀਂ ਕਿ ਤੁਸੀਂ ਅੱਜ ਡਾਊਨਲੋਡ ਹੀ ਲਗਾ ਸਕਦੇ ਹਫ਼ਤੇ ਬਾਅਦ ਚਾਹੇ ਤੁਸੀਂ ਉਹਨੂੰ ਦੁਬਾਰਾ ਤੋਂ ਡਾਊਨਲੋਡ ਲਗਾ ਸਕਦੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੈ ਜਾਂ ਜਦੋਂ ਵੀ ਤੁਹਾਡੇ ਕੋਲ ਮੋਬਾਈਲ ਦੇ ਵਿੱਚ GB ਤੁਹਾਡੀ ਹੈ ਮੋਬਾਈਲ ਦੇ ਵਿੱਚ ਤੁਸੀਂ ਉਦੋਂ ਡਾਊਨਲੋਡ ਲਗਾ ਸਕਦੇ ਹੋ ਸੋ ਇਸ ਕਰਕੇ IDM ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਸੋ ਜਲਦੀ ਨਾਲ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਅਤੇ ਉਸ ਤੋਂ ਪਹਿਲਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ ਨੂੰ ਅਤੇ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ ਚਲੋ ਜਲਦੀ ਨਾਲ ਸਟਾਰਟ ਕਰਦੇ ਹਾਂ ਵੀਡੀਓ ਸੋ IDM ਨੂੰ ਡਾਊਨਲੋਡ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੰਪਿਊਟਰ ਦਾ ਕੋਈ ਵੀ ਬਰਾਊਜ਼ਰ ਓਪਨ ਕਰ ਲਓ ਜਿਸ ਦੇ ਵਿੱਚ ਵੀ ਤੁਸੀਂ ਕੰਫਰਟੇਬਲ ਹੋ ਸੋ ਇਸ ਦੇ ਵਿੱਚ ਤੁਸੀਂ ਟਾਈਪ ਕਰਨਾ ਹੈ getintopc.com ਮਤਲਬ ਇਹ ਵੈਬਸਾਈਟ ਦਾ ਨਾਮ ਆ ਇਹ ਤੁਸੀਂ ਸਰਚ ਕਰਨਾ ਹੈ ਇਸ ਦੇ ਵਿੱਚ ਅਤੇ ਇਹ ਵੈਬਸਾਈਟ ਓਪਨ ਹੋ ਜਾਵੇਗੀ ਅਤੇ ਇਸ ਦੇ ਦੇਖੋ ਸਾਈਡ ਦੇ ਉੱਤੇ ਇੱਕ ਸਰਚ ਬਾਕਸ ਮਿਲਿਆ ਆ ਆਪਾਂ ਨੂੰ ਅਤੇ ਉਸ ਸਰਚ ਬਾਕਸ ਦੇ ਵਿੱਚ ਤੁਸੀਂ ਲਿਖਣਾ ਹੈ IDM ਫੋਰ ਵਿੰਡੋ 7 ਅਗਰ ਤੁਹਾਡੀ ਵਿੰਡੋ 10 ਹੈ ਤਾਂ ਤੁਸੀਂ ਫੋਰ ਵਿੰਡੋ 10 ਵੀ ਲਿਖ ਸਕਦੇ ਹੋ ਸੋ ਮੈਂ ਵਿੰਡੋ 7 ਲਈ ਫਿਲਹਾਲ ਕਰ ਰਹੀ ਹਾਂ ਸੋ ਮੈਂ ਇਸ ਕਰਕੇ ਵਿੰਡੋ 7 ਲਿਖਿਆ ਔਰ ਤੁਸੀਂ ਗੋ ਦੇ ਉੱਤੇ ਕਲਿੱਕ ਕਰ ਦੇਣਾ ਆ ਦੇਖੋ ਇਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਜਿਹੜੇ ਆ ਸੋਫਟਵੇਅਰ ਮਿਲ ਗਏ ਆਪਾਂ ਨੂੰ ਅਤੇ ਇਹਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਹੜਾ ਡਾਊਨਲੋਡ ਕਰਨਾ ਆ ਸੋ ਮੈਂ ਸਭ ਤੋਂ ਪਹਿਲਾਂ ਵਾਲਾ ਜਿਹੜਾ ਆ ਕਿ ਇੱਕ ਵੀਕ ਪਹਿਲਾਂ ਇਹਨੂੰ ਅਪਡੇਟ ਕੀਤਾ ਹੋਇਆ ਹੈ ਸੋ ਮੈਂ ਉਹੀ ਵਾਲਾ ਜਿਹੜਾ ਸਭ ਤੋਂ ਪਹਿਲਾਂ ਡਾਊਨਲੋਡ ਕਰ ਲੈਂਦੀ ਹਾਂ ਉਹਦੇ ਉੱਤੇ ਮੈਂ ਜਦੋਂ ਕਲਿੱਕ ਕੀਤਾ ਦੈਨ ਇੱਕ ਪੇਜ ਹੋਰ ਨਵਾਂ ਓਪਨ ਹੋਇਆ ਇਸ ਨੂੰ ਥੋੜ੍ਹਾ ਸਕਰੋਲ ਕਰਕੇ ਮੈਂ ਨੀਚੇ ਆ ਜਾਂਦੀ ਹਾਂ ਇਸ ਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਕਿ ਕਿਸ ਤਰ੍ਹਾਂ ਇੰਸਟਾਲ ਕੀਤਾ ਜਾਂਦਾ ਇਸ ਦਾ ਕੀ ਕੰਮ ਆ ਕਿਸ ਤਰ੍ਹਾਂ ਇਹਦਾ ਵਰਕ ਕਰਦਾ ਹੈ ਸਾਰਾ ਕੁਝ ਇਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਆ ਸੋ ਇਸ ਨੂੰ ਸਕਰੋਲ ਕਰਕੇ ਤੁਸੀਂ ਨੀਚੇ ਆ ਜਾਣਾ ਇਸ ਪੇਜ ਦੇ ਵਿੱਚ ਸੋ ਇਸ ਤਰ੍ਹਾਂ ਜਿਹੜਾ ਤੁਸੀਂ ਇਹਨੂੰ ਸਕਰੋਲ ਡਾਊਨ ਕਰ ਲੈਣਾ ਆ ਦੇਖੋ ਇਹ ਸੈਟਅਪ ਵੀ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਤੁਸੀਂ ਇਸ ਨੂੰ ਇੰਸਟਾਲ ਕਰਨਾ ਆਪਣੇ ਕੰਪਿਊਟਰ ਦੇ ਵਿੱਚ ਸੋ ਥੋੜ੍ਹਾ ਸਕਰੋਲ ਹੋਰ ਆਪਾਂ ਕਰਨਾ ਹਜੇ ਨੀਚੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਦੇ ਸਟੈਪਸ ਦੱਸੇ ਹੋਏ ਆ ਸੋ ਨੀਚੇ ਦੇਖੋ ਆਪਣੇ ਕੋਲ ਇੱਕ ਰਿਕੁਆਇਰਮੈਂਟਸ ਦਾ ਦੱਸਿਆ ਹੋਇਆ ਹੈ ਕਿ ਤੁਹਾਡੇ PC ਵਿੱਚ ਕਿਹੜੀਆਂ ਕਿਹੜੀਆਂ ਰਿਕੁਆਇਰਮੈਂਟਸ ਆ ਅਤੇ ਉਹਨੂੰ ਆਪਾਂ ਸਟੋਰ ਕਰ ਸਕਦੇ ਹਾਂ ਸੋ ਇਹਨਾਂ ਰਿਕੁਆਇਰਮੈਂਟਸ ਦੇ ਅਕੋਰਡਿੰਗ ਤੁਸੀਂ ਇਹਨੂੰ ਸੇਵ ਕਰ ਸਕਦੇ ਹੋ ਇੰਸਟਾਲ ਕਰ ਸਕਦੇ ਹੋ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਇਹਨਾਂ ਨੂੰ ਤੁਸੀਂ ਉਸ ਤੋਂ ਨੀਚੇ ਜਦੋਂ ਆਉਂਦੇ ਹਾਂ ਤਾਂ ਇੱਥੇ ਲਿਖਿਆ ਹੋਇਆ ਡਾਊਨਲੋਡ ਫੁੱਲ ਸੈਟਅਪ ਇੱਥੇ ਤੁਸੀਂ ਡਾਊਨਲੋਡ ਕਰ ਦੇਣਾ ਹੈ ਡਾਊਨਲੋਡ ਬਟਨ ਦੇ ਉੱਤੇ ਜਦੋਂ ਮੈਂ ਕਲਿੱਕ ਕੀਤਾ ਦੈਨ ਇੱਕ ਨਵਾਂ ਪੇਜ ਓਪਨ ਹੋਵੇਗਾ ਉਹ ਪੇਜ ਹਜੇ ਓਪਨ ਹੋ ਰਿਹਾ ਆ ਦੇਖੋ ਮੇਰਾ ਪੇਜ ਓਪਨ ਹੋ ਗਿਆ ਆ ਦੂਸਰਾ ਮੈਂ ਉਸਦੇ ਉੱਤੇ ਕਲਿੱਕ ਕਰਦੀ ਹਾਂ ਸੋਫਟਵੇਅਰ ਨੂੰ ਸੇਵ ਕਰਨ ਦੀ ਆਪਸ਼ਨ ਆ ਗਈ ਹੈ ਦੇਖੋ ਇਹ ਰਾਰ ਫਾਈਲ ਆ ਰਾਰ ਫਾਈਲ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੇਰੀ ਪਿਛਲੀ ਵੀਡੀਓ ਜ਼ਰੂਰ ਦੇਖ ਲੈਣਾ ਅਤੇ ਉਹ ਰਾਰ ਫਾਈਲਸ ਨੂੰ ਕਿਸ ਤਰ੍ਹਾਂ ਆਪਾਂ ਓਪਨ ਕਰ ਸਕਦੇ ਉਹਦੇ ਲਈ ਇੱਕ ਸੋਫਟਵੇਅਰ ਇੰਸਟਾਲ ਕਰਨਾ ਪੈਂਦਾ ਆ ਸੋ ਉਸ ਵੀਡੀਓ ਦੇ ਵਿੱਚ ਮੈਂ ਦੱਸਿਆ ਕਿ ਕਿਸ ਤਰ੍ਹਾਂ ਉਸ ਸੋਫਟਵੇਅਰ ਨੂੰ ਆਪਾਂ ਡਾਊਨਲੋਡ ਕਰਕੇ ਇੰਸਟਾਲ ਕਰਨਾ ਆ ਸੋ ਇਹ ਫਾਈਲ ਜਿਹੜੀ ਆ ਮੇਰੀ ਡਾਊਨਲੋਡ ਹੋਣੀ ਸ਼ੁਰੂ ਹੋ ਗਈ ਆ ਸੋ ਵਿਨਰਾਰ ਸੋਫਟਵੇਅਰ ਦਾ ਮੈਂ ਜਿਹੜਾ ਡਿਸਕ੍ਰਿਪਸ਼ਨ ਬਾਕਸ 'ਤੇ ਆਈ ਬਟਨ ਵਿੱਚ ਲਿੰਕ ਦੇ ਦਾਂਗੇ ਤੁਸੀਂ ਉੱਥੋਂ ਜਿਹੜਾ ਚੈੱਕਆਊਟ ਕਰ ਸਕਦੇ ਹੋ ਜਿਨ੍ਹਾਂ ਦੇ ਵੀ ਇਹ ਸੋਫਟਵੇਅਰ ਇੰਸਟਾਲ ਨਹੀਂ ਹੈਗਾ ਆ ਅਦਰਵਾਈਜ਼ ਨਹੀਂ ਤਾਂ ਤੁਸੀਂ ਇਸ ਫਾਈਲ ਨੂੰ ਜਿਹੜਾ ਆ ਇੰਸਟਾਲ ਨਹੀਂ ਕਰ ਪਾਓਗੇ ਸੋ ਇਹਦੇ ਉੱਤੇ ਤੁਸੀਂ ਰਾਈਟ ਕਲਿੱਕ ਕਰਕੇ ਐਕਸਟਰੈਕਟ ਹੇਅਰ ਕਰਨਾ ਆ ਦੇਖੋ ਡਾਊਨਲੋਡ ਹੋਈ ਫਾਈਲ ਨੂੰ ਰਾਈਟ ਕਲਿੱਕ ਕਰਕੇ ਐਕਸਟਰੈਕਟ ਹੇਅਰ ਉਸ ਤੋਂ ਬਾਅਦ ਹੁਣ ਦੇਖੋ ਇਹ ਪਾਸਵਰਡ ਦਾ ਗੱਲ ਕਰ ਰਿਹਾ ਪਾਸਵਰਡ ਕੀ ਆ ਆਪਣੇ ਇਸ ਦਾ ਉਹ ਆਪਾਂ ਉਸੇ ਵੈਬਸਾਈਟ ਦੇ ਉੱਤੇ ਦੇਖਣਾ ਆ
ਸੋ ਦੁਬਾਰਾ ਆਪਾਂ ਉਸੇ ਵੈਬਸਾਈਟ ਦੇ ਲਿੰਕ ਦੇ ਉੱਤੇ ਜਾਂਦੇ ਜਿੱਥੋਂ ਆਪਾਂ ਡਾਊਨਲੋਡ ਕੀਤਾ ਸੀਗਾ। ਸੋ ਸਕਰੋਲ ਕਰ ਲੈਂਦੇ ਹਾਂ ਉਸੇ ਤਰ੍ਹਾਂ ਵਿੰਡੋ ਜਿੱਥੋਂ ਆਪਾਂ ਡਾਊਨਲੋਡ ਕੀਤਾ ਸੀ ਉੱਥੇ ਹੀ ਜਾਣਾ। ਉਹਦੇ ਨੀਚੇ ਦੇਖੋ ਪਾਸਵਰਡ 123 ਦਿੱਤਾ ਹੋਇਆ ਆ। ਸੋ ਆਪਣਾ ਪਾਸਵਰਡ ਹੈਗਾ 123। ਇੱਥੇ ਆਪਾਂ ਪੁੱਟ ਕਰਾਂਗੇ ਪਾਸਵਰਡ 123 ਐਂਡ ਓਕੇ ਦੇ ਉੱਤੇ ਕਲਿੱਕ ਕਰਾਂਗੇ। ਸੋ ਇਹ ਜਿਹੜੀ ਫਾਈਲ ਆਪਣੀ ਇੰਸਟਾਲ ਹੋਣੀ ਹੁਣ ਕੰਪਿਊਟਰ ਦੇ ਵਿੱਚ ਸ਼ੁਰੂ ਹੋਣੀ ਆ। ਹਜੇ ਐਕਸਟਰੈਕਟ ਹੋਇਆ ਆਪਣਾ ਫੋਲਡਰ, ਦੇਖੋ ਯੈਲੋ ਕਲਰ ਦਾ ਫੋਲਡਰ ਆਪਾਂ ਨੂੰ ਮਿਲ ਗਿਆ, ਮਤਲਬ ਰਾਰ ਫਾਈਲ ਜਿਹੜੀ ਆਪਣੀ ਓਪਨ ਹੋ ਗਈ ਆ। ਸੋ ਇਸ ਤਰ੍ਹਾਂ ਇਹਦੇ ਵਿੱਚ ਹੁਣ ਜਿਹੜਾ ਆਇਆ ਵਾਲਾ ਸੈਟਅਪ ਆ ਇਸ ਨੂੰ ਆਪਾਂ ਇੰਸਟਾਲ ਕਰਨਾ। ਸੋ ਇਹਦੇ ਉੱਤੇ ਰਾਈਟ ਕਲਿੱਕ ਕਰਕੇ ਓਪਨ ਕਰਾਂਗੇ। ਅਤੇ ਇੱਥੇ ਇੱਕ ਹੋਰ ਵਿੰਡੋ ਆਪਾਂ ਨੂੰ ਓਪਨ ਹੋਵੇਗੀ ਜਿਸ ਦੇ ਉੱਤੇ ਹੁਣ ਆਪਾਂ ਨੈਕਸਟ ਕਰਨਾ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਆਈ ਅਸੈਪਟ ਦੇ ਉੱਤੇ ਕਲਿੱਕ ਕਰਕੇ ਫਿਰ ਨੈਕਸਟ ਕਰਨਾ, ਫਿਰ ਉਸ ਤੋਂ ਬਾਅਦ ਨੈਕਸਟ ਕਰਨਾ, ਨੈਕਸਟ, ਦੈਨ ਆਪਣੀ ਇੰਸਟਾਲਿੰਗ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਹੁਣ ਇਹ ਸੋਫਟਵੇਅਰ ਇੰਸਟਾਲ ਹੋ ਰਿਹਾ। ਸੋ ਫਿਨਿਸ਼ ਕਰਤਾ, ਆਪਣਾ ਸੋਫਟਵੇਅਰ ਜਿਹੜਾ ਕੰਪਿਊਟਰ ਦੇ ਵਿੱਚ ਸਕਸੈਸਫੁਲੀ ਇੰਸਟਾਲ ਹੋ ਚੁੱਕਾ ਆ। ਸੋ ਹੁਣ ਇਸ ਵਿੰਡੋ ਨੂੰ ਆਪਾਂ ਕਲੋਜ਼ ਕਰ ਸਕਦੇ ਹਾਂ। ਦੇਖੋ ਇਹ ਵਾਲਾ ਡਾਇਲੋਗ ਬੋਕਸ ਅਗਰ ਤੁਹਾਨੂੰ ਵੀ ਆਉਂਦਾ ਹੈ ਦੈਨ ਤੁਸੀਂ ਇਹਦੇ 'ਤੇ ਕਲਿੱਕ ਯੈਸ ਕਰਨਾ ਆ, ਹੋਰ ਕੁਛ ਵੀ ਨਹੀਂ ਕਰਨਾ ਤੁਸੀਂ। ਜਾਂ ਤਾਂ ਫਿਰ ਜਦੋਂ ਤੁਸੀਂ ਇਸ ਸੋਫਟਵੇਅਰ ਨੂੰ ਇੰਸਟਾਲ ਕਰ ਰਹੇ ਹਾਂ ਤਾਂ ਆਪਣਾ ਸਭ ਤੋਂ ਪਹਿਲਾਂ ਇੰਟਰਨੈਟ ਜਿਹੜਾ ਆ ਉਹ ਬੰਦ ਕਰ ਦੇਣਾ ਆ। ਬੰਦ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਇੰਸਟਾਲ ਕਰਨਾ, ਇਹ ਈਜ਼ੀਲੀ ਇੰਸਟਾਲ ਹੋ ਜਾਵੇਗਾ। ਸੋ ਇਸ ਨੂੰ ਯੈਸ ਕਰਨ ਤੋਂ ਬਾਅਦ ਤੁਸੀਂ ਦੇਖੋ ਇਹ ਡਾਇਲਪ ਕਨੈਕਸ਼ਨ ਆ ਰਿਹਾ ਆ। ਸੋ ਤੁਸੀਂ ਘਬਰਾਉਣਾ ਨਹੀਂ, ਬਸ ਇਹਨੂੰ ਕੈਂਸਲ ਕਰ ਦੇਣਾ ਆ। ਸੋ ਉਸ ਤੋਂ ਬਾਅਦ ਤੁਹਾਨੂੰ ਉਹ ਸਟੈਪਸ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਤੁਸੀਂ ਇਸ ਨੂੰ ਜਿਹੜਾ ਆ ਡਾਊਨਲੋਡ ਕਰ ਸਕਦੇ ਹੋ, ਮਤਲਬ ਇਹਦੇ ਵਿੱਚ ਕਿਸ ਤਰ੍ਹਾਂ ਆਪਣੀਆਂ ਫਾਈਲ ਜਿਹੜੀਆਂ ਆਟੋਮੈਟਿਕਲੀ ਡਾਊਨਲੋਡ ਹੋਣੀਆਂ ਸ਼ੁਰੂ ਹੋ ਜਾਊਗੀਆਂ। ਅਗਰ ਤਾਂ ਇਹ ਤੁਹਾਡੇ ਸੈਟਿੰਗ ਨਹੀਂ ਹੈ ਦੈਨ ਤੁਹਾਨੂੰ ਕਰਨੀ ਪਵੇਗੀ, ਅਦਰਵਾਈਜ਼ ਇਹ ਆਟੋਮੈਟਿਕਲੀ ਸੈਟਿੰਗ ਜਿਹੜੀ ਆ ਉਹ ਗੂਗਲ ਕ੍ਰੋਮ ਦੇ ਵਿੱਚ ਹੋ ਜਾਂਦੀ ਆ। ਸੋ ਡੋਂਟ ਵਰੀ, ਇਸ ਵਿੰਡੋ ਨੂੰ ਤੁਸੀਂ ਕਲੋਜ਼ ਕਰ ਸਕਦੇ ਹੋ। ਸੋ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਡਿਸਕਟੋਪ ਦੇ ਉੱਤੇ ਕਿ ਇਹ ਆਪਾਂ ਨੂੰ ਆਈਕਨ ਇਸ ਤਰ੍ਹਾਂ ਮਿਲ ਗਿਆ, ਸ਼ਾਰਟਕੱਟ ਆਈਕਨ। ਦੇਖੋ ਇਹ ਸ਼ਾਰਟਕੱਟ ਆਈਕਨ ਹੈ ਇੰਟਰਨੈਟ ਡਾਊਨਲੋਡ ਮੈਨੇਜਰ ਦਾ। ਦੇਖੋ ਜਦੋਂ ਇਸ 'ਤੇ ਕਲਿੱਕ ਕੀਤਾ ਦੈਨ ਆਹ ਵਾਲਾ ਬੋਕਸ ਓਪਨ ਹੋਇਆ। ਸਿੰਪਲੀ ਇਹਨੂੰ ਕਲੋਜ਼ ਕਰ ਦੇਣਾ ਆ ਅਤੇ ਆਪਣਾ ਇੰਟਰਨੈਟ ਕਨੈਕਸ਼ਨ ਜਿਹੜਾ ਆ ਸਭ ਤੋਂ ਪਹਿਲਾਂ ਆਪਾਂ ਨੂੰ ਬੰਦ ਕਰਨਾ ਪੈਣਾ, ਅਦਰਵਾਈਜ਼ ਇਹ ਬਾਰ ਬਾਰ ਆਉਂਦਾ ਰਹੇਗਾ। ਸੋ ਸਭ ਤੋਂ ਪਹਿਲਾਂ ਆਪਾਂ ਇੰਟਰਨੈਟ ਕਨੈਕਸ਼ਨ ਨੂੰ ਜਿਹੜਾ ਆ ਬੰਦ ਕਰਨਾ ਆ। ਇੱਥੋਂ ਮੈਂ ਡਿਸਕਨੈਕਟ ਕਰ ਦਿੱਤਾ ਆਪਣਾ ਜਿਹੜਾ ਇੰਟਰਨੈਟ ਕਨੈਕਸ਼ਨ ਸੀ ਅਤੇ ਹੁਣ ਜਿਹੜਾ ਹੈ ਇਹ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ। ਜਦੋਂ ਵੀ ਤੁਸੀਂ ਇੰਟਰਨੈਟ ਕਨੈਕਸ਼ਨ ਔਨ ਕਰਕੇ ਕੁਛ ਡਾਊਨਲੋਡ ਕਰੋਗੇ ਈਜ਼ੀਲੀ ਹੋ ਜਾਵੇਗਾ। ਸੋ ਇਸ ਤਰ੍ਹਾਂ ਜਿਹੜਾ ਹੈ ਇਸ ਸੋਫਟਵੇਅਰ ਦੇ ਵਿੱਚ ਆਪਣਾ ਡਾਊਨਲੋਡ ਹੋਣਾ ਆਟੋਮੈਟਿਕਲੀ ਸਟਾਰਟ ਹੋ ਜਾਵੇਗਾ ਜਦੋਂ ਵੀ ਕੋਈ ਤੁਸੀਂ ਫਾਈਲ ਡਾਊਨਲੋਡ 'ਤੇ ਲਗਾਓਗੇ। ਸੋ ਇਹ ਸੀ ਅੱਜ ਦੀ ਵੀਡੀਓ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ, ਬੈਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ। ਥੈਂਕ ਯੂ।